बच्चे किन्ने तेरे? बच्चे मेरे है 6। ज़ाहर है मच्छी बेचदा तेरे इन्ने ही होने हैं। ये मच्छी बच्चे देंदी कि अंडे? यार मैं कड़ा उदी दाई हाँ, मैं तो खरीद के लिया। ते दुनिया का सर्कल चलता है दाई। रुमाल दवा, रुमाल दे दा, टिकेट्स होंदे है। हेलो गाइस, वेलकम बैक टू वो चैनल जिना मैं पंजाब रियल टीवी। मैं शुरू करती हूँ वीडियो, कोई रीडिंग नहीं, कोई कुछ नहीं, लाइव वीडियो है गाइस। वो देखो पीछे हो पे आ गया लावांगे इन्हें इतने कितने, पर हजे जगह नहीं मिल रही। बस अगली वीडियो से तो कर देंगे सिस्टम है। थैंक यू सो मच प्ले बटन दिता तुम सू। मैं उधर देखी हूँ। नहीं इधर देखो, इधर नहीं, उधर देखी हूँ। मैं साइड हो गई पूरी। वीडियो कर दी शुरू के कुछ करना हजे देखना। चलो आ जाओ सलीम अली बेला भाई, वीडियो बड़े दिन बाद देखांगे तुहाडे नाल, करदे शुरू विदाउट वेस्टिंग टाइम। ये तो आ जाओ कई इदा ठीक है, स्क्रीन उन्होंने वीड्डी करिए कि आप वीड्डी रखिए। कई जने कहते इदा रखो, कई जने कहते इदा रखो, पर ज़्यादा कहते इदा रखो, फिर इदा रखते हैं। चलो आवाज़ क्यों नहीं आ रही मैनू? मच्छी बेच रहे शो शाली लाई है। शीशे च लाई है सामने यार, बेचन वास्ते लाई। केड़ी केड़ी मच्छी अपने को आ देख लो, ए काला रहू हैगा बस सारा। यार मेनू मच्छी चाहिदी आ भाजी, आ केड़ी आ जड़ी ए भी काला रहू या छोटा दाने है। दो स्क्रीनां बहुत वड्डियां, इधर भी देख सकते उधर भी देख सकते, दोनों पासे चली जांदा काम। ठीक है, ये ना सोचो कि वीडियो इधर चलती हुई तुसीं तां इधर मुंह चक्किया, दोनों पासे चल रही है। हां जी हां, ते इक्को चीज आ। नहीं भाजी है काला रहूगा, दाने छोटे मोटे आ। तेन पुछ के पहले फोन कर दंटेनर आंदे आ कंटेनर, फिर फैसलाबाद, फैसलाबाद फिर जी मच्छी मंडी हैगी उ फिर असी लै आने। ਇਹ ਕੀ ਕਰ ਰਹੇ ਜਨਾਬ? ਯਾਰ ਮੈਂ ਕੱਲ੍ਹ ਗਿਆ ਸੀ ਦਰਿਆ 'ਤੇ, ਉੱਥੇ ਮੇਰੀ ਨਾ ਸੋਨੇ ਦੀ ਮੁੰਦਰੀ ਰਹਿ ਗਈ ਹੈ, ਅਤੇ ਮੈਂ ਮੱਛੀਆਂ ਨੂੰ ਪੁੱਛ ਰਿਹਾ ਵੀ ਤੁਸੀਂ ਨਹੀਂ ਕਿਤੇ ਵੇਖੀ, ਅਤੇ ਮੱਛੀਆਂ ਕਸਮ ਚੁੱਕਣ ਦੀਆਂ ਕਹਿੰਦੀ ਸਨ, ਅਤੇ ਮਹੀਨਾ ਮਹੀਨਾ ਹੋ ਗਿਆ ਇੱਥੇ ਆਈਆਂ ਨੂੰ। ਯਾਰ ਸੋਨੇ ਦੀ ਅੰਗੂਠੀ ਕਿੱਥੇ? ਤੂੰ ਨਹਾਉਣ ਲੱਗਿਆ ਉੱਥੇ ਡਿੱਗ ਪਈ ਨਾ ਕਿਤੇ, ਇਹਦੇ ਵਿੱਚ ਨਾ ਹੋਵੇ ਕਿਤੇ। ਦਰਿਆ ਦੇ ਕਿਨਾਰੇ 'ਤੇ ਘਰ ਆ ਤੁਹਾਡਾ? ਇਹਦੇ 'ਚ ਕੋਈ ਯਾਰ ਕਿਹੜੀ ਭਾ ਆ ਗਈ ਵਿੱਚ? ਅੱਛਾ ਕਿਹੜੇ ਦਰਿਆ ਦੇ ਨਹਾ ਲਿਆ ਤੂੰ? ਖੈਰ ਨਾ ਤੂੰ ਤੇ ਨਹਾਉਂਦਾ ਹੀ ਨੀਗਾ। ਮੈਨੂੰ ਇੱਕ ਕੰਘੀ ਵਾਲੀ ਚਾਹੀਦੀ ਆ, ਜੂਆਂ ਕੱਢਣੀਆਂ। ਯਾਰ ਇੱਕ ਕੰਘੀ ਨਹੀਂ ਹੁੰਦੀ ਵਿੱਚ, ਜਿਹੜਾ ਇੱਕੋ ਹੀ ਕੰਡਾ ਹੁੰਦਾ ਵਾ, ਜ਼ਿਆਦਾ ਕੰਡੇ ਨਹੀਂ ਕੱਢੇ ਜਾਂਦੇ ਫਿਰ। ਆਹੋ ਇੱਕ ਕੰਘੀ ਹੁੰਦੀ ਆ, ਇੱਕ ਕੰਡਾ ਹੁੰਦਾ ਸਿਰਫ ਇਹਦੇ। ਅੱਛਾ ਜੀ, ਹਾਂਜੀ, ਕਾਹਦੇ ਵਾਸਤੇ ਲੈਣੀ ਆ? ਅਤੇ ਉਹ ਜਿਹੜਾ ਹੁੰਦਾ ਵਾ ਕਿ ਉਹ ਬੰਦਾ ਕਹਿੰਦਾ ਮੈਂ ਤੇਰਾ ਕੰਡਾ ਕੱਢ ਦਿਆਂਗਾ, ਉਹ ਕੀ ਆ? ਜੇ ਜ਼ਿਆਦਾ ਬਹਿਸ ਕਰੋਗੇ ਤਾਂ ਉਹ ਕੰਡਾ ਮੈਂ ਤੁਹਾਡਾ ਇੱਥੇ ਕੱਢ ਦੇਣਾ। ਭਾਈ ਮੈਂ ਨਾ ਸਾਹ ਦਾ ਮਸਲਾ, ਤੇ ਮੈਂ ਕਹਿੰਦਾ ਸ਼ੋਰਵਾ ਜਿਹੜਾ ਕਹਿੰਦੇ ਬਹੁਤ ਅੱਛਾ ਹੁੰਦਾ, ਉਹ ਕਾਹਦਾ ਹੁੰਦਾ? ਯਾਰ ਤੈਨੂੰ ਤੇ ਕਿੰਨੇ ਹੀ ਮਸਲੇ ਲੱਗਦੇ ਤੇਰੇ ਮੂੰਹ ਤੋਂ ਦੱਸਦਾ, ਤੂੰ ਕਿਹੜਾ ਪਹਿਲਾ ਗਾਹਕ ਹੀ ਆਇਆ ਤੇ ਸ਼ੋਰਾ ਪੀਣ ਵਾਲਾ ਆ ਗਿਆ? ਮੱਛੀ ਦਾ ਸ਼ੋਰਵਾ ਕਹਿੰਦੇ ਬੜਾ ਅੱਛਾ ਹੁੰਦਾ ਸਰਦੀਆਂ ਦੇ ਵਿੱਚ। ਤੂੰ ਅਕਲ ਕਰ, ਬਾਲ ਬੱਚੜਦਾਰ ਆ, ਸ਼ੋਰਾ ਪੀਣ ਵਾਲੇ ਨੂੰ ਲੋਕ ਚੰਗਾ ਨਹੀਂ ਸਮਝਦੇ। ਉਹ ਯਾਰ ਆਲੂ ਸ਼ੋਰਾ, ਮੱਛੀ ਦਾ ਸ਼ੋਰਾ ਹੁੰਦਾ ਨਹੀਂ ਗਾ? ਹੁੰਦੇ ਆ, ਸਿਰਿਆਂ ਦਾ ਬਣਾਉਂਦੇ ਆ ਲੋਕ ਜ਼ਿਆਦਾ। ਆਹ ਕੀ ਗੱਲ, ਇਹ ਆ ਜਿਹੜਾ, ਅਤੇ ਬਾਕੀ ਮੱਛੀ ਕਿੱਥੇ ਗਈ? ਬਾਕੀ ਵੀ ਇੱਥੇ ਹੀ ਆ, ਸਕੂਲ ਭੇਜਤੀ ਬਕਾਇਆ। ਨਹੀਂ ਤਾਂ ਆ ਕੀ ਗੱਲ, ਮੂੰਹ ਹੀ ਰੱਖੇ ਉਹਨਾਂ ਦੇ। ਓਏ ਭਾਈ, ਇਹ ਸਿਰੇ ਆ ਲੈ ਕੇ ਜਾਂਦੇ ਜਿਹੜੀ ਮੱਛੀ ਵਿਕ ਜਾਂਦੀ ਆ ਨਾ, ਹਾਂ ਹਾਂ, ਉਹਨਾਂ ਦੇ ਸਿਰੇ ਪਏ ਯਾਰ, ਸਿਰੇ ਵੀ ਲੋਕ ਪਕਾਉਂਦੇ ਆ। ਤੇਰਾ ਤਾਂ ਆਪਾਂ ਵੈਸੇ ਸਿਰੇ ਵਰਗਾ ਮੂੰਹ ਆ ਉਹਦਾ। ਵੈਸੇ ਮੇਰੇ ਸਿਰ ਹੋ ਗਏ ਆ, ਐਸੀ ਗੱਲ ਕੋਈ ਨਹੀਂ। ਇਹ ਸਿਰੇ ਲਾਹਦਾ ਪੱਕਦੇ ਆ?
ਲੈਦਾ ਕਿੱਥੇ ਮਸਲਨ ਮਕਾਨ ਵੇਚ ਕੇ ਲੈਦਾ ਕਰਨਾ ਇਹਨੂੰ ਯਾਰ ਉਹ ਬੰਗਲਾਦੇਸ਼ੀ ਜਿਹੜੀ ਮੱਛੀ ਖਾਂਦੇ ਆ ਉਹ ਕੰਡੇ ਮੂੰਹ 'ਚ ਰੱਖੀ ਜਾਂਦੇ ਉਹ ਮੱਛੀ ਹੈਗੀ ਤੇਰੇ ਕੋਲ ਉਹ ਦੋ ਮੂੰਹ ਨਹੀਂ ਹੁੰਦੇ ਉਹਨਾਂ ਨੂੰ ਤਜਰਬਾ ਹੁੰਦਾ ਵਾ ਇੱਕ ਪਾਸੇ ਕਰੀ ਜਾਂਦੇ ਆ ਉਹ ਬੰਗਲਾਦੇਸ਼ੀ ਜ਼ਿਆਦਾ ਖਾਂਦੇ ਆ ਨਾ ਮੱਛੀ ਆਹ ਤੂੰ ਇੰਜ ਬੰਨੇ ਜੇ ਮੱਛੀਆਂ ਦਾ ਆਪਰੇਸ਼ਨ ਕਰਨਾ ਇੱਥੇ ਮੈਨੂੰ ਵਧੀਆ ਜੀ ਮੱਛੀ ਦੇ ਭਾਅ ਜੀ ਮੈਨੂੰ ਕੰਡੇ ਨਾ ਕੱਢਣੇ ਪੈਣ ਯਾਰ ਕੰਡੇ ਤੂੰ ਜੁੱਤੀ ਪਾ ਕੇ ਕੱਢ ਲਈ ਕੰਡੇ ਅੱਗੇ ਜਿਹੜਾ ਨਾ ਜਿਹੜੇ ਸਾਡੀ ਬਰਾਦਰੀ ਉਹਨਾਂ ਨੇ ਬਹੁਤ ਕੰਡੇ ਖਿਲਾਰੇ ਉਹ ਖਰੇ ਮੈਂ ਕਿੱਦਾਂ ਕੱਢਣ ਦਿਆਂ ਨਾਲ ਮੱਛੀ ਦੇ ਵੀ ਕੱਢਾਂ ਤੂੰ ਬਰਾਦਰੀ ਨਾਲ ਸੁਰ ਰੱਖ ਖਾਂ ਤੇ ਨਾ ਕੰਡੇ ਖਿਲਾਰਨ ਇਹ ਮੱਛੀ ਭਾਅ ਜੀ ਇਹ ਕਿਹਦਾ ਕੀ ਨਾਂ ਐਸਾ ਕੰਡਿਆਂ ਦੇ ਇਹਨਾਂ ਨੇ ਦੇਖੋ ਉਹ ਪੂਰਾ ਮੁਹਾਵਰੇ ਜੇ ਇਹਨੇ ਕਿਵੇਂ ਯੂਜ਼ ਕਰ ਲਏ ਅੱਗੇ ਅੱਗੇ ਸਹੀ ਹੈ ਗੱਲਾਂ ਪਤਾ ਨਹੀਂ ਕਿੱਥੋਂ ਕੱਢਦੇ ਆ ਸਹੀ ਗੱਲ ਹੈ ਭਾਅ ਜੀ ਇਹਦਾ ਨਾਂ ਗੋਲਡਨ ਇਹ ਸੁਨਿਆਰੇ ਕੋਲੋਂ ਲਈ ਦੋ ਕਿਲੋ ਪਾ ਦੇ ਕਾਲਾ ਰਹੂ ਉਹ ਥੈਲਾ ਨੀ ਉਹ ਨਾਮ ਆ ਉਹਦਾ ਉਹਦਾ ਨਾਮ ਆ ਮਛਲੀ ਦਾ ਥੈਲਾ ਤੈਨੂੰ ਪਾ ਦਾ ਥੈਲਾ ਕੀ ਮਤਲਬ ਉਹ ਲੰਡੇ ਚ ਆਇਆ ਨਹੀਂ ਥੈਲਾ ਕੀ ਮਤਲਬ ਵਾਜਿਆਂ ਵਾਲੇ ਨਾ ਹੁੰਦੀ ਉਹਦੇ ਕੋਲ ਥੈਲਾ ਹੁੰਦਾ ਤੂੰ ਜਿਹੜਾ 100 ਤੇ 80 ਲੈਣੇ ਉਹਦੇ ਕੋਲ ਚੱਲ ਦੋ ਦਾਣੇ ਤੋਲਦੇ ਵਧੀਆ ਜੇ ਯਾਰ ਦੋ ਦਾਣੇ ਕਾਹਦੇ ਚਨੇ ਲੈਣ ਡਿਆ ਉਹ ਇਹਨੂੰ ਦਾਣਾ ਹੀ ਕਹਿੰਦੇ ਨੇ ਭਾਜੀ ਇੱਕ ਦਾਣਾ ਦੋ ਦਾਣਾ ਖਾਣੇ ਖਾਣੇ ਵੀ ਲਿਖਾ ਹੈ ਦਾਣੇ ਵਾਲੇ ਦਾ ਨਾਮ ਦਾਣੇ ਵਾਲੇ ਉਹ ਦੋ ਪਾ ਦੇ ਤੇਰੇ ਦੁਨੀਆ ਦੇ ਥੋੜੇ ਦਾਣੇ ਲੱਗਦੇ ਆ ਹਾਂਜੀ ਦੱਸੋ ਕਿਹੜੀ ਕਰਨੀ ਹੈ ਆ ਗੋਲਡਨ ਕਰਨੀ ਆ ਥੈਲਾ ਕਰਨੀ ਆ ਆ ਥੈਲੇ ਦੋ ਕਰਦੇ ਦੋ ਥੈਲੇ ਤੇ ਭਾਅ ਜੀ ਨਾ 3-4 ਕਿਸਮ ਦੀ ਬਣਾਉਣੀ ਆ ਇੱਕ ਫਰਾਈ ਵਾਲੀ ਇੱਕ ਜਿਹੜੀ ਆਪਣਾ ਭੁਨਵੀਂ ਜੀ ਹੋ ਜਾਵੇ ਤੇ ਸ਼ੋਰਵੇ ਵਾਲੀ ਲੈ ਦਾ ਇਹ ਝਾਵਾਂ ਪੈਰਾਂ ਦੇ ਵੀ ਮਾਰਿਆ ਕਰ ਇਹ ਚਾਨੇ ਕੀ ਕਰਦੇ ਚਾਨਿਆਂ ਦਾ ਚਾਨੇ ਇਕੱਠੇ ਕਰ ਲਾ ਝਾੜੂ ਲੈ ਆਇਆ ਕਰੋ ਨਹੀਂ ਇਹਦਾ ਬਣਦਾ ਕੀ ਚਾਨਿਆਂ ਦਾ ਉਹ ਯਾਰ ਚਾਨਿਆਂ ਦਾ ਕੀ ਬਣਦਾ ਹਾਰ ਬਣਦਾ ਚਾਨਿਆਂ ਦਾ ਨਹੀਂ ਇਹ ਬੜੇ ਕੀਮਤੀ ਹੁੰਦੇ ਆ ਜਿਹੜੇ ਆ ਵੇਖ ਨਾ ਇਹ ਤੁਹਾਡੇ ਵਿਕ ਜਾਂਦੇ ਆ ਉਹ ਵੇਖ ਨਹੀਂ ਜਾਂਦੇ ਭਾਈ ਇੱਥੇ ਇਹਨਾਂ ਨੂੰ ਸਾਫ ਕਰਨਾ ਆ ਮੁੰਡੇ ਦਾ ਕੀ ਨਾਂ ਹੈਗਾ ਉਸਮਾਨ ਇਹਦਾ ਨਾਂ ਉਸਮਾਨ ਸਾਹਿਬ ਦੋ ਦਾਣੇ ਤੋਲੋ ਵਧੀਆ ਤੇ ਭਾਈ ਇਹ ਤੁਸੀਂ ਕਿਸ ਤਰ੍ਹਾਂ ਮੱਛੀ ਫੜਦੇ ਗੱਲਾਂ 'ਚ ਲਾ ਕੇ ਜਾਂ ਲਾਲਚ ਦੇ ਕੇ ਕਿੱਦਾਂ ਫੜਦੇ ਯਾਰ ਮੱਛੀ ਲਈ ਨਾਕਾ ਲਾਉਣਾ ਪੈਂਦਾ ਵਾ ਗੱਲਾਂ 'ਚ ਲਾ ਕੇ ਕਿੱਦਾਂ ਫੜਦੇ ਹੋ ਕਿੱਦਾਂ ਫੜਦੇ ਆ ਵੀ ਸਾਨੂੰ ਇਹ ਆਸਮਾਨ ਬਣਾ ਯਾਰ ਜ਼ਰਾ ਇਹਦੇ ਨਾਲ ਤੇ ਮੈਂ ਨਿਬੜ ਲਾਂ 2 ਮਿੰਟ ਉਹ ਇੱਧਰ ਆ ਕੇ ਤੁਸੀਂ ਮੱਛੀ ਲੈਣੀ ਵੀ ਆ ਕਿ ਟਾਈਮ ਹੀ ਜ਼ਾਇਆ ਕਰਨਾ ਓਏ ਉਹ ਮੇਰੇ ਵਾਲੀ ਤੂੰ ਬਣਾਈ ਜਾ ਐ ਵੇ ਆ ਤੇ ਗਈ ਆ ਇਹਦੇ ਵਿੱਚੋਂ ਜੋ ਨਿਕਲੇਗਾ ਮੇਰਾ ਹੀ ਆ ਯਾਰ ਇਹਦੇ 'ਚੋਂ ਕੀ ਫਰਿੱਜ ਨਿਕਲ ਆਉਣੀ ਹੈ ਯਾਰ ਉਹ ਕੀ ਮਸਾਲ ਆ ਕਹਿੰਦੇ ਇੱਕ ਮੱਛੀ ਪੂਰੇ ਤਲਾਅ ਨੂੰ ਗੰਦਾ ਕਰ ਦਿੰਦੀ ਉਹ ਕੀ ਹੈ ਉਹ ਭਾਈ ਉਹ ਮਸਾਲ ਆ ਸਿਆਣੇ ਦੀ ਜਿੱਦਾਂ ਤੂੰ ਇਕੱਲੇ ਨੇ ਸਾਰੇ ਰਿਸ਼ਤੇਦਾਰੀ ਨੂੰ ਗੰਦਾ ਕੀਤਾ ਵਾ ਮੈਨੂੰ ਤਾਂ ਲੱਗਦਾ ਸਾਰੀਆਂ ਮੱਛੀਆਂ ਨੂੰ ਤੂੰ ਗੰਦਾ ਕੀਤਾ ਦਸਤਾਨੇ ਪਾ ਲਾ ਪਹਿਲੇ ਉਹ ਦਸਤਾਨੇ ਸ਼ਾਟ ਆ ਮਛਲੀ 'ਚ ਉਹ ਦਸਤਾਨੇ ਅੱਜ ਕੱਲ੍ਹ ਪਾਉਂਦੇ ਨਹੀਂ ਯਾਰ ਕਰੋਨਾ ਹੈਗਾ ਤੇਰੀ ਮਿਹਰਬਾਨੀ ਉਹ ਕਰੋਨਾ ਭਾਈ ਆ ਇੱਥੇ ਇਦਾਂ ਹੀ ਚੱਲਦਾ ਵਾ ਕਰੋਨਾ ਪਾਕਿਸਤਾਨ 'ਚ ਹੁਣ ਖਤਮ ਹੋ ਗਿਆ ਵੈਕਸੀਨ ਲਵਾਈ ਤੂੰ ਆਹੋ ਲਵਾਈ ਮੱਛੀਆਂ ਨੂੰ ਬੋਟੀ ਛੋਟੀ ਰੱਖਣੀ ਤੂੰ ਤੂੰ ਨਾ ਵੀ ਦੱਸ ਜਿੱਡਾ ਕਿ ਤੇਰਾ ਮੂੰਹ ਉਹਦੇ ਹਿਸਾਬ ਨਾਲ ਰੱਖ ਦੇਣੀ ਹੈ ਯਾਰ ਕੋ ਪ੍ਰਾਹੁਣਾ ਵੱਡੇ ਮੂੰਹ ਵਾਲਾ ਵੀ ਆ ਜਾਂਦਾ 2-4 ਵੱਡੀਆਂ ਵੀ ਰੱਖ ਦੇ ਉਹ ਸਮਾਨ ਸਹੀ ਬਣਾ ਰਿਹਾ ਸਮਾਨ ਕਿੰਨੇ ਪੈਸੇ ਇਹਦੇ 1600 ਐ ਵੀ ਵਿੱਚ ਹੀ ਮੇਰੇ ਕੋਲ ਨਹੀਂ ਦੇਖਿਆ ਹੁੰਦਾ ਤੁਸੀਂ ਵੀ ਨਾ ਵੇਖੋ ਤੇ ਮੈਂ ਵੀ ਨਹੀਂ ਵੇਖ ਰਿਹਾ ਬਈ ਅਸੀਂ ਪਿਓਰ ਵੈਜੀਟੇਰੀਅਨ ਆ ਅਸੀਂ ਮੇਰੇ ਤੋਂ ਨਹੀਂ ਵੇਖਿਆ ਜਾ ਰਿਹਾ ਮੈਨੂੰ ਵਿਚਾਰੇ ਤਰਸ ਆਈ ਜਾਂਦਾ ਓਹ ਚਲੋ ਜੀ ਉੱਪਰ ਉੱਪਰ ਦੇਖ ਲਓ ਬਈ ਕੈਮਰਾ ਜ਼ੂਮ ਕਰ ਲਓ ਯਾਰ ਐ ਨਾ ਕਰ ਅੱਛਾ ਨੇ ਇੱਕ ਨਾ ਇੱਕ ਸ਼ਾਪਰ ਚ ਪਾ ਦੇ ਇਹਨਾਂ ਦਿਖਾਓ ਕਿਹੜੇ ਦੇ ਨਾ ਬੁੱਢੀ ਦੇ ਦੁਪੱਟੇ ਨੂੰ ਲਾਉਣੇ ਆ ਤੁਸੀਂ ਉੱਧਰ ਦੇਖ ਲਓ ਤੁਹਾਨੂੰ ਪਤਾ ਹੈ ਮੈਂ ਤਾਂ ਇਮੋਸ਼ਨਲ ਟਾਈਪ ਦੀ ਆ ਨਹੀਂ ਤੁਸੀਂ ਇੱਧਰ ਨਾ ਵੇਖਣਾ ਉੱਪਰ ਵੇਖ ਲਓ ਉੱਪਰ ਦੇਖ ਲੈਣੀ ਆ ਸੁਣ ਲੈਣੀ ਆ ਸਿਰੇ ਮੰਗਦਾ ਵਾ ਜਿਹੜਾ ਕੋਈ ਬੰਦਾ ਵਾ ਇਹ ਕਿਹੜਾ ਬੰਦਾ ਜਿਹੜਾ ਕਹਿੰਦਾ ਚਾਨੇ ਵੀ ਦੇ ਦੇ ਨਾਲ ਸਫਾਈ ਸਹੀ ਕਰਨੀ ਆ ਗੱਲਾਂ ਕਿੱਥੋਂ ਕੱਢਦੇ ਆ ਪਤਾ ਨਹੀਂ ਕਿੱਥੇ ਕੱਢੀ ਹੁੰਦੀ ਨਿੱਕੀ ਨਿੱਕੀ ਗੱਲਾਂ ਇਹ ਚ ਗੱਲਾਂ ਕੱਢੀ ਹੁੰਦੀ ਯਾਰ ਆਪਣੀ ਤਾਂ ਨਹੀਂ ਮੱਛੀ ਕਿਵੇਂ ਸਰਫ ਪਾ ਦਾ ਕਿਤੇ ਵਾਸ਼ਿੰਗ ਮਸ਼ੀਨ 'ਚ ਸੁੱਟਦਾ ਕੀ ਕਰਦਾ ਤੂੰ ਇਹਦੀ ਤੇ ਕਰਨਾ ਸਹੀ ਉਹ ਤੂੰ ਸਿਰਫ ਚਾਨੇ ਲਾਉਣਾ ਮੇਰਾ ਖਿਆਲ ਗੋਸ਼ਤ ਉਹ ਬਣਾਉਂਦਾ ਉਹ ਯਾਰ ਉਹ ਸ਼ਗਿਰਦਾ ਮੇਰਾ ਉਹਨੇ ਹੀ ਗੋਸ਼ਤ ਬਣਾਉਣਾ ਉਹ ਤੇਰਾ ਸ਼ਗਿਰਦਾ ਹੋਰ ਕੀ ਆਪ ਤੈਨੂੰ ਬਣਾਉਣਾ ਨਹੀਂ ਆਉਂਦਾ ਤੇ ਉਹ ਤੇਰਾ ਸ਼ਗਿਰਦਾ ਨਹੀਂ ਉਹ ਨਹੀਂ ਮੱਛੀ ਗੱਲ ਨਹੀਂ ਆਈ ਕੋਈ ਆ ਵੜਦਾ ਦਰਿਆ 'ਚ ਐ ਫੜਦਾ ਐ ਕਰ
ਸਿੱਧਾ ਫੜਨੀ ਆ ਉਧਰੋਂ ਆਉਂਦੀ ਆ ਐਦਾਂ ਤੂੰ ਵਿਆਹ ਚ ਚੌਲ ਫੜਨਾ ਮੱਛੀ ਕਿਦਾਂ ਫੜਨਾ ਨਹੀਂ ਕੁੰਡੀ ਲਾਈ ਹੁੰਦੀ ਜਾਲ ਚ ਕਿਸ ਤਰ੍ਹਾਂ ਉਹ ਭਾਈ ਇਹ ਕਰਾਚੀਓਂ ਆਉਂਦੀ ਆ ਕੰਟੇਨਰਾਂ ਤੇ ਹੈਂ ਫਿਰ ਇੱਥੇ ਮੱਛੀ ਮੰਡੀ ਆਉਂਦੀ ਆ ਫਿਰ ਇੱਥੋਂ ਅਸੀਂ ਅੱਗਿਓਂ ਲੈ ਲੈਂਦੇ ਉਹਨਾਂ ਕੋਲੋਂ ਤੇ ਮੱਛੀ ਤੈਨੂੰ ਫੋਨ ਕਰਦੀ ਮੈਂ ਕਰਾਚੀਓਂ ਆ ਰਹੀ ਹਾਂ ਮੱਛੀ ਆ ਮੇਰੀ ਫੂਫੀ ਦੀ ਕੁੜੀ ਆ ਵੀ ਉਹਨੇ ਫੋਨ ਕਰਨਾ ਪੈਣਾ ਨਹੀਂ ਇੱਥੇ ਮਤਲਬ ਮੱਛੀ ਮੰਡੀ ਚ ਆਉਂਦੀ ਆ ਸ਼ਾਮ ਤੀਕਰ ਇੱਕੋ ਹੀ ਬਣਾਏਗਾ ਮੈਨੂੰ ਲੱਗਦਾ ਨਹੀਂ ਭਾ ਅਸੀਂ ਕੰਮ ਜਿਹੜਾ ਵਾ ਨਾ ਨੀਯਤ ਨਾ ਕਰੀ ਦਿਆ ਵਾ ਨਹੀਂ ਨੀਯਤ ਸ਼ੌਕ ਭਰਨਾ ਜਾਏ ਕਹੀਂ ਇਹ ਜਿੱਦਾਂ ਤੂੰ ਮੱਛੀ ਨੂੰ ਛਿੱਲਣਾ ਹੈ ਕਦੀ ਮੱਛੀ ਨੇ ਵੀ ਤੈਨੂੰ ਛਿੱਲਿਆ ਓ ਯਾਰ ਭਾ ਤੈਨੂੰ ਦੱਸਿਆ ਵਾ ਅੱਛਾ ਇਹ ਚੋਂ ਨਾ ਤਿੰਨ ਚਾਰ ਮਤਲਬ ਇੱਕ ਫਰਾਈ ਵਾਲੀ ਬਣਾਉਣੀ ਇੱਕ ਸ਼ੋਰਵੇ ਵਾਲੀ ਅਤੇ ਇੱਕ ਭੁਨਵੀਂ ਜਿਹੀ ਤੂੰ ਪ੍ਰਾਹੁਣੇ ਮੇਰੇ ਕੋਲ ਇੱਥੇ ਲੈ ਆ ਮੈਂ ਬਣਾ ਦਿੰਦਾ ਪੁੱਛ ਲਾਂਗਾ ਕਿੱਦਾਂ ਕਿੱਦਾਂ ਦੀ ਖਾਣੀ ਉਹਨਾਂ ਨੇ ਨਹੀਂ ਯਾਰ ਬੱਚੇ ਆ ਨਾ ਅੱਜ ਕੱਲ੍ਹ ਤੈਨੂੰ ਪਤਾ ਇੰਜੀ ਮੱਛੀ ਲੈ ਕੇ ਲੋਕ ਜਾਂਦੇ ਆ ਘਰ ਜਾ ਕੇ ਲਹਿਦਾ ਲਹਿਦਾ ਕਰਦੇ ਜਿਹੜੀ ਵੀ ਬਣਾਉਣੀ ਉਹ ਬਣਾ ਲਈ ਸਾਡੇ ਵੱਲੋਂ ਗ੍ਰਿਲ ਕਰ ਲਈ ਦੂਸਰਾ ਕਰ ਲਈ ਨਹੀਂ ਨਹੀਂ ਪੈਸੇ ਤੁਹਾਨੂੰ ਬਕਾਇਆ ਨਹੀਂ ਮਿਲੇ ਤੇ ਪਹਿਲਾਂ ਆਪ ਤੇ ਦਵੋ ਪਹਿਲਾਂ ਪੈਸੇ ਤਾਂ ਦੋ ਹੈਲੋ ਆ ਗਏ ਪੈਸੇ ਤੇ ਲਹਿਦਾ ਲਹਿਦਾ ਬਣਾਉਣੇ ਆ ਇਹ ਵੀਡੀਓ ਸ਼ੂਟਿੰਗ ਚੱਲਦੀ ਦੇ ਵਿੱਚ ਵਿੱਚ ਕੋਈ ਕੋਈ ਹੁੰਦੇ ਆ ਨਾ ਮੈਂ ਵੀ ਇੱਕ ਪੰਚ ਜਿਹਾ ਮਾਰਦਾ ਚੱਲ ਪਰ ਬਈ ਜਦੋਂ ਅੱਗੇ ਐਕਸਪੀਰੀਅੰਸਡ ਬੰਦੇ ਖੜੇ ਫਿਰ ਆਪਣੇ ਪੰਚ ਨਹੀਂ ਚੱਲਣੇ ਉੱਥੇ ਉਹ ਲਹਿਦਾ ਲਹਿਦਾ ਤੈਨੂੰ ਟੀਸੀਐਸ ਕਰਨਾ ਲਹਿਦਾ ਲਹਿਦਾ ਨਹੀਂ ਯਾਰ ਉਹ ਲਹਿਦਾ ਲਹਿਦਾ ਹੀ ਬਣਾਉਣੀ ਆ ਤੂੰ ਬਣਾ ਤੇ ਲੈਂਦੇ ਸਾਫ਼ ਤੇ ਕਰ ਲੈਂਦੇ ਵੀ ਉਹ ਮੱਛੀ ਦੇ ਪੈਰ ਕਿੱਥੇ ਆ ਕਿਉਂ ਕੀ ਗੱਲ ਜੁੱਤੀ ਦਾ ਨਾਪ ਲੈਣਾ ਉਹਦਾ ਨਹੀਂ ਉਹ ਜਿਹਦੇ ਨਾਲ ਤੁਰਦੀ ਨਹੀਂ ਮੱਛੀ ਪਾਣੀ ਦੇ ਵਿੱਚ ਉਹ ਯਾਰ ਤੁਰਦੀ ਆ ਪਰਾਂ ਨਾਲ ਤੁਰਦੀ ਆ ਔਰ ਜੌਗਰ ਪਾ ਕੇ ਯਾਰ ਉਹ ਮੱਛੀ ਮੱਛੀ ਮੈਨੂੰ ਚਾਹੀਦੀ ਜਿਹੜੀ ਆਪਣਾ ਜਿੱਧਰੋਂ ਪਾਣੀ ਆਉਂਦਾ ਉੱਧਰ ਜਾਂਦੀ ਉਹਨੂੰ ਡੋਲਫਨ ਕਹਿੰਦੇ ਕਿ ਕਿਹੜੀ ਉਹ ਕਿਹੜੀ ਡੋਲਫਨ ਕੋਲੋਂ ਹੀ ਪਾ ਲਈ ਆ ਨਹੀਂ ਕਿਸੇ ਡੋਲਫਨ ਕੋਲੋਂ ਚੰਡਾ ਨਾ ਖਾ ਲਈ ਨਹੀਂ ਉਹ ਹੁੰਦੀ ਆ ਯਾਰ ਉਹ ਟਰਾਊਟ ਹੁੰਦੀ ਟਰਾਊਟ ਉਹ ਟਰਾਊਟ ਸਵਾਦ 'ਚ ਹੁੰਦੀ ਆ ਭਾਈ ਜਿਹੜੀ ਮੁਖਾਲਫ ਜਾਂਦੀ ਆ ਕਦੀ ਗਿਆ ਸਵਾਦ ਅਤੇ ਇਹਦਾ ਕੋਈ ਸਵਾਦ ਹੈ ਜਾਂ ਨਹੀਂ ਸਵਾਦ ਗਏ ਆ ਉਹ ਜਿਹੜੀ ਪਾਣੀ ਜਿੱਧਰ ਆਉਂਦਾ ਉਹਨੂੰ ਜਾਂਦੀ ਉਹ 'ਚ ਬਹੁਤ ਤਾਕਤ ਹੁੰਦੀ ਹੈ ਉਹ ਨਹੀਂ ਹੈਗੀ ਜਿੰਨਾ ਤੁਸੀਂ ਪਾਣੀ ਹਾਂਡੀ 'ਚ ਪਾ ਲੈਣਾ ਨਾ ਇਹਨੇ ਆਪ ਹੀ ਉਹਨੂੰ ਜਾਣਾ ਕਿਹੜਾ ਗ੍ਰਿਲ ਫਿਸ਼ ਕਰਨੀ ਜਾ ਕੇ ਅੱਗੇ ਇੱਕ ਜਗ੍ਹਾ 'ਤੇ ਮੇਰੀ ਦਾਵਤ ਹੋਈ ਆ ਅਤੇ ਇੱਕ ਮੱਛੀ ਦੇ ਵਿੱਚ ਸ਼ੋਰਵਾ ਹੀ ਸ਼ੋਰਵਾ ਅੱਛਾ ਫਿਰ ਉੱਤੋਂ ਬੰਦਾ ਮੈਨੂੰ ਕਹਿੰਦਾ ਫੜ ਭਾਈ ਫੜ ਮੈਂ ਰਾਵੀ ਤੋਂ ਲਿਆਇਆ ਫੜ ਕੇ ਮੈਂ ਕਿਹਾ ਤੂੰ ਉੱਥੋਂ ਫੜ ਲਿਆ ਮੇਰੇ ਕੋਲ ਪਿਆਲੀ 'ਚੋਂ ਨਹੀਂ ਫੜੀ ਜਾਂਦੀ ਉਹੋ ਜਿਹੀ ਨਾ ਬਣਾਈ ਮੇਰਾ ਭਰਾ ਹੋਰ ਛਿੱਲ ਉਹ ਯਾਰ ਹੋਰ ਛਿੱਲ ਕੀ ਆਲੂ ਹੈ ਜਿੰਨਾ ਕੁ ਛਿੱਲੇ ਜਿੰਨਾ ਚਾਨੇ ਲਾਉਣੇ ਆ ਕਿ ਹੁਣ ਮੈਂ ਥੱਲੇ ਆਉਂਦਾ ਨਹੀਂ ਇਹ ਚਾਨੇ ਜ਼ਾਇਆ ਨਾ ਨਾ ਕਰ ਯਾਰ ਤੂੰ ਚਾਨਿਆਂ ਦੀ ਦਵਾਈ ਬਣਾਉਣੀ ਤੈਨੂੰ ਐਡਾ ਫਿਕਰ ਆ ਚਾਨਿਆਂ ਦਾ ਇਹ ਮੱਛੀ ਵੈਸੇ ਸਿਹਤ ਲਈ ਅੱਛੀ ਹੁੰਦੀ ਹੈ ਯਾਰ ਖਰੀਦ ਪਹਿਲੀ ਵਾਰੀ ਲੈਣ ਆਇਆ ਜ਼ਿੰਦਗੀ 'ਚ ਉਹ ਨਹੀਂ ਯਾਰ ਫਾਇਦੇ ਹੁੰਦੇ ਨਾ ਤੁਹਾਨੂੰ ਪਤਾ ਵਾ ਇਹ ਮੱਛੀ ਬੱਚੇ ਦਿੰਦੀ ਕਿ ਆਂਡੇ ਯਾਰ ਮੈਂ ਕਿਹੜਾ ਉਹਦੀ ਦਾਈ ਹਾਂ ਮੈਂ ਤਾਂ ਖਰੀਦ ਕੇ ਲਿਆਉਂਦਾ ਤੇ ਮਾਲੂਮਾਤ ਹੋਣੀ ਚਾਹੀਦੀ ਆ ਮੱਛੀ ਆਂਡੇ ਦਿੰਦੀ ਆਂਡੇ ਇੱਦਾਂ ਤੂੰ ਨਿਲਾਮ ਘਰ 'ਚ ਆਇਆ ਮਾਲੂਮਾਤ ਮੱਛੀ ਲੈ ਦੇ ਆਪਣੇ ਰਾਹ ਪੈ ਉਹ ਕਹਿੰਦੇ ਜਿਨ੍ਹਾਂ ਦੇ ਕੰਨ ਅੰਦਰ ਨੇ ਨਾ ਉਹ ਆਂਡੇ ਦਿੰਦੀਆਂ ਜਿਨ੍ਹਾਂ ਦੇ ਬਾਹਰ ਆ ਉਹ ਬੱਚੇ ਦਿੰਦੇ ਆ ਰਾਮ ਨਾਲ ਤਮੀਜ਼ ਨਾਲ ਸਰਚ ਕੀਤੀ ਦੁਨੀਆ ਤੇ ਸਹੀ ਹੈ ਵੈਲਿਡ ਪੁਆਇੰਟ ਹੈ ਤੇਰੇ ਕੰਨ ਬਾਹਰ ਆ ਤੂੰ ਬੱਚੇ ਦੇਣਾ ਨਾ ਯਾਰ ਦੋ ਚਾਰ ਗੱਲਾਂ ਹੋਰ ਕੀਤੀਆਂ ਮੈਂ ਤੇਰੇ ਕੰਨ ਤੇ ਵੀ ਦੇਣੀ ਆ ਚਲੋ ਠੀਕ ਹੈ ਇਹ ਨਮਕ ਘਰ ਜਾ ਕੇ ਲਾਉਣਾ ਕਿ ਤੁਸੀਂ ਲਾਓਗੇ ਤੇਰੇ ਜ਼ਖਮਾਂ 'ਤੇ ਨਮਕ ਮੈਂ ਹੀ ਲਾਊਂਗਾ ਇੱਥੋਂ ਭੇਜਣਾ ਲਾ ਕੇ ਯਾਰ ਤੂੰ ਦੁਕਾਨਦਾਰ ਆ ਤੂੰ ਮਤਲਬ ਇੰਝ ਤਾਂ ਨਾ ਕਰ ਅੱਜ ਤਾਂ ਨੌਨ ਸਟੋਪ ਜ਼ੁਕਤਾਂ ਚੱਲੀ ਜਾਂਦੀਆਂ ਯਾਰ ਕਮਾਲ ਹੋਈ ਹੋਈ ਹੈ ਸ਼ੁਕਰ ਮੇਲਾ ਵੀ ਨਾਲ ਹੁੰਦਾ ਹੀ ਆ ਯਾਰ ਸ਼ੁਕਰ ਮੇਲਾ ਹੁੰਦਾ ਗਾਖੀ ਦਾ ਟਾਈਮ ਆ ਬਾਹੂ ਖੜਕਾ ਆਇਆ ਬਾਹਰ ਕੋਈ ਜ਼ਬਰਦਸਤ ਨਹੀਂ ਸਿਲੰਡਰ ਤਾਂ ਆਇਆ ਸਿਲੰਡਰ ਆਇਆ ਉਹਨਾਂ ਨੇ ਅੱਛਾ ਆਪਣਾ ਤਾਂ ਆ ਗਿਆ ਸੀ ਗੱਲ ਗੱਲਾਂ ਚਲੋ ਕਿਹੜੀਆਂ ਗੱਲਾਂ 'ਚ ਪੈ ਜਾਂਦੇ ਵੀਡੀਓ ਕਰਦੇ ਕਰਦੇ ਚਲੋ ਪਰਸਨਲ ਗੱਲਾਂ ਗੱਲ ਜਿਹੜੀ ਆ ਮੁਕਸਰ ਕਾਰਬਾਰ ਇਹ ਵਿੱਚ ਕੋਈ ਕੱਟ ਨਹੀਂ ਪਾਉਣਾ ਨਾ ਸਿੱਧੀ ਹੈ ਵੀਡੀਓ ਲਾਈਵ ਹੈ ਜਿਹੜੀ ਕਰਨ ਵਾਲੀ ਹੈ ਗਾਹਕੀ ਦੇਖ ਲਵੋ ਯਾਰ ਕਿਲੋ ਕਿਲੋ ਸਾਰੇ ਲੈ ਲਓ ਹੁਣੇ ਮੁੱਕ ਜਾਣੀ ਹੈ ਅੱਛਾ ਹੁਣ ਇਹ ਪਕਾਣੀ ਆ ਕਿ ਤਲਣੀ ਆ ਤੁਸੀਂ ਨਾ ਵੇਖੋ ਨਾ ਨਾ ਵੇਖੋ ਹੈਂ
ਮਛਲੀ ਪਕਾਣੀ ਆ ਕਿ ਤਲਣੀ ਆ ਉਹ ਫਰਾਈ ਕਿਨੂੰ ਕਹਿੰਦੇ ਤਲਣ ਨੂੰ ਹੀ ਕਹਿੰਦੇ ਆ ਉਹ ਪਾਈ ਗ੍ਰਿਲ ਵੀ ਕਰਦੇ ਆ ਨਾ ਲੋਕ ਆਹੋ ਗ੍ਰਿਲ ਵੀ ਕਰਨੀ ਆ ਤੁਸੀਂ ਆਪਣੀ ਬਾਹਰ ਵਾਲੀ ਗ੍ਰਿਲ ਤੇ ਨਾ ਪਾ ਲਿਓ ਲੈਦਾ ਸਮਾਨ ਹੁੰਦਾ ਉਹਦਾ ਪਤਾ ਯਾਰੋ ਬਾਰਬੀਕਿਊ ਹੁੰਦਾ ਬਾਰਬੀਕਿਊ ਬਾਹਰਲੀ ਗ੍ਰਿਲ ਤੇ ਨਾ ਪਕਾਈ ਆਪ ਦੀ ਪਕਾਈ ਆ ਯਾਰ ਆਪ ਅਸੀਂ ਖਾਂਦੇ ਹੀ ਆ ਰੋਜ਼ ਖਾਂਦੇ ਆ ਮਛਲੀ ਆਹ ਜਿਹੜੀ ਬਚ ਜਾਂਦੀ ਤੂੰ ਹੀ ਖਾਣਾ ਮੇਰੇ ਮਨ ਚ ਵੀ ਹੈ ਕਿੰਨੀ ਕੁ ਰੋਜ਼ ਵੇਚ ਲੈਂਦੇ ਹੋ ਇੱਕ ਮੱਛੀ ਮਨ ਡੇਢ ਮਨ ਲੱਗ ਜਾਂਦੀ ਹੈ ਕਿੱਥੇ ਉਹ ਇੱਥੇ ਹੀ ਲੱਗਦੀ ਕੰਧ ਨਾਲ ਲੱਗਦੀ ਹੈ ਮਨ ਡੇਢ ਮਨ ਮੱਛੀ ਵੇਚ ਜਾਂਦਾ ਤੇ ਕੁਛ ਬਚਦਾ ਵੀ ਆ ਬਚਦਾ ਹੀ ਆ ਤੇ ਭਾਜੀ ਬੈਠੇ ਆ ਰੋਜ਼ੀ ਰੋਟੀ ਲੱਭ ਰਹੀ ਹੈ ਨਾ ਸ਼ੁਕਰ ਅੱਲਾ ਦਾ ਬੱਚੇ ਕਿੰਨੇ ਤੇਰੇ ਬੱਚੇ ਮੇਰੇ ਆ 6 ਜ਼ਾਹਰ ਆ ਮੱਛੀ ਵੇਚਦਾ ਤੇਰੇ ਇੰਨੇ ਹੀ ਹੋਣੇ ਆ ਆਪ ਖਾਇਆ ਕਰ ਭਾਜੀ ਉਹ ਤੇ ਅੱਲਾ ਦੀ ਦੇਣ ਆ ਮੱਛੀ ਦਾ ਇਹਦੇ ਚ ਕੀ ਤਲਕ ਆ ਨਹੀਂ ਅੱਲਾ ਦੀ ਦੇਣ ਆ ਅੱਲਾ ਨੇ ਅਕਲ ਵੀ ਦਿੱਤੀ ਆ ਚੱਲ ਹੋ ਗਈ ਆ ਹੁਣ ਮਤਲਬ ਵਿੱਚੋਂ ਗਾਲਾਂ ਕੱਢੇਗੀ ਤੇ ਹਟੇਗਾ ਉਹਦੇ ਵੀ ਤਕਲੀਫ ਆ ਉਹਦੇ ਚ ਵੀ ਜਾਨ ਆ ਵਿਚਾਰੀ ਚ ਉਹਦੇ ਚ ਕਿਹੜੀ ਜਾਨ ਆ ਗਈ ਉਹ ਸਮਾਨ ਦਾ ਸ਼ਗਿਰਦ ਹੋ ਤੂੰ ਉਹ ਵੀ ਉਹ ਸਹੀ ਛਿਲਦਾ ਈ ਨਹੀਂ ਉਹ ਜਿਹੜਾ ਬਾਕੀ ਮਾਲ ਹੁੰਦਾ ਉਹਨੇ ਲਾਣਾ ਹੁੰਦਾ ਸ਼ਗਿਰਦ ਕਾਹਦੇ ਵਾਸਤੇ ਹੁੰਦੇ ਇਸੇ ਕੰਮ ਲਈ ਹੁੰਦੇ ਆ ਚਲੋ ਅਸਮਾਨ ਇਹਨੂੰ ਨਮਕ ਲਾ ਦੀ ਯਾਰ ਨਹੀਂ ਨਹੀਂ ਲਾ ਲਾ ਤੇਰੇ ਤੇ ਯਕੀਨ ਆ ਮੈਨੂੰ ਇੱਕ ਮਿੰਟ ਯਾਰ ਕੀ ਹੱਥ ਮਾਰੀ ਜਾਂਦਾ ਵਾ ਜਦੋਂ ਤੂੰ ਲੈ ਲਿਆ ਉਹ ਹੱਥ ਮਾਰੀ ਹੋਰ ਮੈਂ ਮੱਛੀ ਨੂੰ ਕੁੱਟਣ ਲੱਗ ਪਵਾਂ ਹੱਥ ਹੀ ਮਾਰ ਕਰਾਚੀ ਨੂੰ ਆਈ ਥੱਕੀ ਹੋਣੀ ਵਿਚਾਰੀ ਇੱਕ ਮਿੰਟ ਕਹੋਗੇ ਥੋੜ੍ਹਾ ਹੀ ਫਰਕ ਆ ਭਾਈ ਪੀਸ ਕਿੰਨਾ ਕੁ ਕਰਨਾ ਹੈ ਪੀਸ ਕਿੰਨਾ ਕੁ ਕਰਨਾ ਲੈਗ ਪੀਸ ਹੋਣਾ ਚਾਹੀਦਾ ਰੋਜ਼ ਤੂੰ ਬਣਾਉਣਾ ਹੀ ਹੈ ਨਿਸ਼ਾਨ ਲਾ ਲਾ ਪੈਨਸਲ ਨਾਲ ਪਹਿਲੇ ਉਹ ਯਾਰ ਕੂੜੇ 'ਚ ਸੁੱਟੀ ਜਾਣਾ ਮਰੇ ਇਹ ਵੇਹ ਕੀ ਹੈ ਕੋਈ ਨਹੀਂ ਪਤਾ ਮੈਨੂੰ ਇਹ ਪੀਸ ਦਾਣਾ ਕਿੱਥੇ ਗਿਆ ਦੁਨੀਆਂ ਦਾ ਸਰਕਲ ਚੱਲਦਾ ਇੱਦਾਂ ਹੀ ਰੁਮਾਲ ਦਵਾਂ ਰੁਮਾਲ ਦੇ ਦਾ ਹੁੰਦਾ ਟਿਕਟਸ ਹੁੰਦੇ ਆ ਉਹ ਨਹੀਂ ਆ ਲੈ ਉਹ ਬੰਨਾ ਹੁੰਦਾ ਮੂੰਹ ਤੋਂ ਇਹ ਸਰਕਲ ਹੈ ਯਾਰ ਇਹ ਲਾਈਫ ਦਾ ਇਹ ਚੱਲਦਾ ਹੈ ਗਾਈਸ ਵੀਡੀਓ ਵੀ ਵਿੱਚ ਹੀ ਬੰਦ ਕਰਨੀ ਪਈ ਕਿਉਂਕਿ ਮਾਈ ਵਾਈਫ ਸ਼ੀ ਇਜ਼ ਸੋ ਸੋਫਟ ਹਾਰਟਡ ਪਰਸਨ ਦੈਟਸ ਵਾਈ ਥੋੜ੍ਹਾ ਛੋਟਾ ਜਿਹਾ ਕਲਿੱਪ ਲਾਤਾ ਮੈਂ ਤੁਹਾਡਾ ਠੀਕ ਹੈ ਨਹੀਂ ਲੈਣਾ ਤੇ ਕੋਈ ਗੱਲ ਨਹੀਂ ਤੇ ਬਾਕੀ ਵੀਡੀਓ ਮੈਂ ਗਾਈਸ ਇਕੱਲਾ ਵੇਖਦਾ ਠੀਕ ਹੈ ਵੈਸੇ ਮੈਂ ਗਲਤ ਵੀਡੀਓ ਚੂਜ਼ ਕਰ ਲਈ ਫਿਰ ਹਨਾ ਮੇਰੇ ਲਈ ਇੱਦਾਂ ਦੀ ਵੀਡੀਓ ਨਾ ਆਏ ਚੱਲ ਅੱਜ ਇਹਨਾਂ ਨੂੰ ਸ਼ੁਕਰ ਇੱਥੇ ਆਏ ਤਾਂ ਪਤਾ ਲੱਗ ਜੂ ਕਿ ਆਪਣੇ ਰਿਐਕਸ਼ਨ ਜੈਨੂਇਨ ਹੁੰਦੇ ਆ ਅਸੀਂ ਪਹਿਲਾਂ ਨਹੀਂ ਵੇਖਦੇ ਕੋਈ ਵੀਡੀਓ ਭਰਾ ਹਨਾ ਸੋ ਐਨੀਵੇਜ਼ ਵੀਡੀਓ ਬਹੁਤ ਵਧੀਆ ਸੀ ਮਜ਼ਾ ਆਇਆ ਵੀਡੀਓ ਦੇਖ ਕੇ ਬਹੁਤ ਜ਼ਬਰਦਸਤ ਵੀਡੀਓ ਸੀਗੀ ਅਤੇ ਇਹਨਾਂ ਦੀਆਂ ਜਿਹੜੀਆਂ ਗੱਲਾਂ ਹੈ ਨਾ ਗੱਲਾਂ ਬਾਤਾਂ ਬੜੀਆਂ ਘੈਂਟ ਹੁੰਦੀਆਂ ਨਾ ਮਤਲਬ ਮੈਨੂੰ ਵਧੀਆ ਲੱਗਦੀ ਇਹਨਾਂ ਦੀ ਵੀਡੀਓ ਵੈਸੇ ਪਰ ਅੱਜ ਦੀ ਥੋੜ੍ਹੀ ਉਹ ਹੋ ਗਈ ਪਰ ਉਹ ਥੋੜ੍ਹਾ ਜਿਹਾ ਜ਼ੂਮ ਆਊਟ ਕਰਕੇ ਵੈਸੇ ਬਣਾ ਲੈਣੀ ਚਾਹੀਦੀ ਸੀ ਕਈ ਲੋਕ ਹੁੰਦੇ ਆ ਜਿਹੜੇ ਨਹੀਂ ਮਤਲਬ ਇੱਦਾਂ ਲਾਈਕ ਕਰਦੇ ਜਾਂ ਨਹੀਂ ਦੇਖ ਸਕਦੇ ਹੈ ਨਾ ਉਹ ਚੀਜ਼ ਹੈ ਅਤੇ ਵੈਸੇ ਵੀ ਇਹ ਕੁਝ ਜ਼ਿਆਦਾ ਹੀ ਸੋਫਟ ਨੇ ਇਹਨਾਂ ਕੰਮਾਂ ਦੇ ਵਿੱਚ ਸੈਂਸਿਟਿਵ ਨੇ ਥੋੜ੍ਹੇ ਜਿਹੇ ਦੈਟਸ ਵਾਈ ਅਤੇ ਚਲੋ ਬਾਕੀ ਇਹਨਾਂ ਦੀਆਂ ਗੱਲਾਂ ਬਹੁਤ ਘੈਂਟ ਹੁੰਦੀਆਂ ਵਧੀਆ ਸੀਗੀਆਂ ਵੀ ਗੱਲਾਂ ਪਤਾ ਨਹੀਂ ਕਿੱਥੋਂ ਕੱਢੀ ਦੇ ਕਹਿੰਦੇ ਤੂੰ ਮਤਲਬ ਜਦੋਂ ਫੜਦੇ ਹਾਂ ਆਹੋ ਕਿਵੇਂ ਫੜਦੇ ਆ ਆਵਾਜ਼ ਮਾਰ ਕੇ ਫੜਦੇ ਆ ਕਿਵੇਂ ਕਿ ਗੱਲਾਂ 'ਚ ਕਿ ਲਾਲਚ ਦੇ ਕੇ ਮਤਲਬ ਇਹਨਾਂ ਗੱਲਾਂ ਦੇ ਵਿੱਚੋਂ ਕਿੰਨੀਆਂ ਗੱਲਾਂ ਕੱਢੀਆਂ ਅੱਗੇ ਅੱਗੇ ਯਾਰ ਬਹੁਤ ਜ਼ਬਰਦਸਤ ਸੀਗਾ ਇਹਨਾਂ ਦੀਆਂ ਜੁਗਤਾਂ ਬਾਕਮਾਲ ਹੁੰਦੀਆਂ ਜਿਸ ਢੰਗ ਨਾਲ ਇਹ ਆਪਦੀ ਕਲਾ ਦਿਖਾਉਂਦੇ ਆ ਨਾ ਆਪਾਂ ਨੂੰ ਉਹ ਲਾਜਵਾਬ ਹੈ ਇਹਨਾਂ ਦਾ ਚੈਨਲ ਜ਼ਰੂਰ ਚੈੱਕ ਕਰੋ ਐਂਡ ਥੈਂਕ ਯੂ ਸੋ ਮੱਚ ਭਾਜੀ ਕਿ ਤੁਸੀਂ ਸਾਨੂੰ ਅਲਾਓ ਕੀਤਾ ਹੋਇਆ ਵੀਡੀਓਜ਼ ਤੁਹਾਡੀਆਂ ਦੇਖਦੇ ਹਾਂ ਐਂਡ ਕੰਗਰੈਚੁਲੇਸ਼ਨਸ ਵੀ ਕਿ ਤੁਹਾਡੇ ਵੀ 1 ਮਿਲੀਅਨ ਸਬਸਕ੍ਰਾਈਬਰ ਹੋ ਗਏ ਆ ਬਹੁਤ ਬਹੁਤ ਵਧਾਈਆਂ ਤੁਹਾਨੂੰ ਮੁਬਾਰਕਾਂ ਐਂਡ ਗਾਈਜ਼ ਜਿਨ੍ਹਾਂ ਨੇ ਚੈਨਲ ਇਹਨਾਂ ਦਾ ਨਹੀਂ ਚੈੱਕ ਕੀਤਾ ਜਾ ਕੇ ਚੈੱਕ ਜ਼ਰੂਰ ਕਰੋ ਸਬਸਕ੍ਰਾਈਬ ਕਰੋ ਮਿਲਦੀ ਤੁਹਾਨੂੰ ਕਿਸੇ ਹੋਰ ਵੀਡੀਓ 'ਚ ਤਦ ਤੱਕ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ